ਸਤਿ ਸ਼੍ਰੀ ਅਕਾਲ ਮੈਂ ਵਿਟੀ ਗੁਰਵਿੰਦਰ ਸਿੰਘ ਸਰਕਾਰੀ ਸਿੰਨਸ ਕੈਂਡੀ ਸਕੂਲ ਸੋਹਣਾ ਵਿਖੇ ਨਜੀ ਸੁਰੱਖਿਆ ਦਾ ਵੋਕੇਸ਼ਨਲ ਟ੍ਰੇਨਰ ਹਾਂ ਐਨਐਸਕੇਫ ਦੇ ਅਧੀਨ ਚੱਲ ਰਹੇ ਵਿਸ਼ੇ ਨਜੀ ਸੁਰੱਖਿਆ ਦੇ ਬਾਰੇ ਅੱਜ ਆਪਾਂ ਕੁਝ ਗੱਲਬਾਤ ਕਰਾਂਗੇ ਲੈਵਲ 4 ਦੇ ਯੂਨਿਟ 5 ਬਾਰੇ ਨਜੀ ਸਾਨੀ ਸੁਰੱਖਿਆ ਪਰਮੰਦਰਾਂ ਸੁਰੱਖਿਆ ਸਰਵੇਲੈਂਸ ਐਂਡ ਪ੍ਰੋਟੈਕਸ਼ਨ ਸਿਸਟਮ ਲੋਕ ਕਿਸੇ ਸਥਾਨ ਜਾਂ ਅਧਾਰੇ ਨੂੰ ਕਈ ਉਦੇਸ਼ਾਂ ਕਰਕੇ ਦੇਖਦੇ ਹਨ ਇਹ ਸੁਰੱਖਿਆ ਕਰਮਚਾਰੀ ਲਈ ਬਹੁਤ ਮਹੱਤਵਪੂਰਨ ਹੈ ਕਿ ਅਧਾਰੇ ਵਿੱਚ ਕਿਸ ਤਰ੍ਹਾਂ ਦੇ ਅਤੇ ਕਿਸ ਸੁਭਾਅ ਵਾਲੇ ਵਿਜ਼ਟਰ ਆਉਂਦੇ ਹਨ ਕਿਉਂਕਿ ਅਧਾਰੇ ਦੇ ਕੰਮ ਵਿੱਚ دلچਸਪੀ ਲੈਣ ਵਾਲੇ ਵਿਅਕਤੀਆਂ ਵਿੱਚ ਅਧਾਰੇ ਦੇ ਵਿਰੋਧੀ ਵਿਅਕਤੀ ਵੀ ਵਿਸ਼ੇਸ਼ ਵਿਜ਼ਟਰਾਂ ਦੀ ਸੂਚੀ ਵਿੱਚ ਹੋਣ ਕਰਕੇ ਅੰਦਰ ਆ ਜਾ ਸਕਦੇ ਹਨ ਅਜਿਹੇ ਵਿਜ਼ਟਰਾਂ ਤੋਂ ਸੰਸਥਾ ਨੂੰ ਬਹੁਤ ਦੇ ਨੁਕਸਾਨ ਹੁੰਦਾ ਹੈ ਜੋ ਕਿ ਅਸਥਾਈ ਵਿਜ਼ਟਰ ਹੁੰਦੇ ਹਨ ਅਤੇ ਇਹਨਾਂ ਬਾਰੇ ਸੁਰੱਖਿਆ ਕਰਮਚਾਰੀ ਕੋਲ ਬਹੁਤ ਘੱਟ ਸੂਚਨਾ ਹੁੰਦੀ ਹੈ ਸੁਰੱਖਿਆ ਕਰਮਚਾਰੀ ਦੇ ਲਈ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਉਹ ਵਿਜ਼ਟਰਾਂ ਦਾ ਮਹੱਤਵ ਕਿਸਮ ਅਤੇ ਉਹਨਾਂ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਸਮਝ ਲੈਣ ਤਾਂ ਜੋ ਉਹਨਾਂ ਨਾਲ ਗੱਲਬਾਤ ਕਰਦੇ ਸਮੇਂ ਟਕਮਾ ਵਰਤਾਓ ਅਤੇ ਸਾਵਧਾਨੀ ਵਰਤ ਸਕਣ ਅਜਿਹੇ ਬਹੁਤ ਗਤੀਵਿਧੀਆਂ ਹਨ ਜੋ ਵਿਜ਼ਟਰਾਂ ਨਾਲ ਜਾਣ ਪਛਾਣ ਤੋਂ ਸ਼ੁਰੂ ਹੁੰਦੀਆਂ ਹਨ ਨਿਜੀ ਸੁਰੱਖਿਆ ਅਧਿਕਾਰੀ ਵਿਜ਼ਟਰਾਂ ਤੋਂ ਉਹਨਾਂ ਦੇ ਆਉਣ ਦਾ ਉਦੇਸ਼ ਅਤੇ ਨਿਜੀ ਬੇਰਬੇ ਦੀ ਜਾਣਕਾਰੀ ਲੈਂਦਾ ਹੈ ਆਉਣ ਵਾਲੇ ਵਿਅਕਤੀ ਜਾਂ ਵਿਜ਼ਟਰਾਂ ਦੀ ਰਜਿਸਟ੍ਰੇਸ਼ਨ ਅਮ ਤੌਰ ਤੇ ਲੌਗ ਬੁੱਕ ਵਿੱਚ ਦਰਜ ਕੀਤੀ ਜਾਂਦੀ ਹੈ ਜਾਂ ਵਿਜ਼ਟਰ ਪ੍ਰਬੰਧਨ ਨਾਲ ਸੰਬੰਧਿਤ ਕਿਸੇ ਸੌਫਟਵੇਅਰ ਵਿੱਚ ਸਟੋਰ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਵਿਜ਼ਟਰ ਨੂੰ ਸੰਸਥਾ ਦੇ ਅੰਦਰ ਲੈ ਕੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਇਹ ਪ੍ਰਕਿਰਿਆ ਅਪਰੰਤ ਨਿਜਰ ਰੱਖਿਆ ਅਧਿਕਾਰੀ ਉਸ ਦੀ ਸਹਾਇਤਾ ਕਰਦਾ ਹੈ ਅਤੇ ਉਸ ਦੀ ਨਿਗਰਾਨੀ ਕਰਦਾ ਹੈ ਇਹ ਪ੍ਰਕਿਰਿਆ ਉਦੋਂ ਤੱਕ ਚੱਲਦੀ ਹੈ ਜਦੋਂ ਤੱਕ ਉਹ ਅਦਾਰੇ ਤੋਂ ਵਾਪਸ ਨਹੀਂ ਚਲੇ ਜਾਂਦਾ ਇਹ ਸਾਰੀ ਪ੍ਰਕਿਰਿਆ ਦੌਰਾਨ ਵਿਜ਼ਟਰ ਵਿਜ਼ਟਰ ਪ੍ਰਬੰਧ ਦੀ ਕਾਰਜ ਪ੍ਰਣਾਲੀ ਦਾ ਹਿੱਸਾ ਹੁੰਦਾ ਹੈ ਜਿਸ ਦੌਰਾਨ ਸਾਰੀਆਂ ਬਣਦੀਆਂ ਕਿਰਿਆਵਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿਸੇ ਵੀ ਅਦਾਰੇ ਦੀ ਨਜਰਸਾਨੀ ਰਹੀਂ ਸੁਰੱਖਿਆ ਬਹੁਤ ਹੀ ਮਹੱਤਵਪੂਰਨ ਹੈ ਫਿਰ ਵੀ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਕੋਈ ਅਦਾਰੇ ਜਾਂ ਕਰਮਚਾਰੀ ਦੀ ਗੁਪਤਤਾ ਜਾਂ ਗੁਪਤ ਪੇਡਾਂ ਤੱਕ ਪਹੁੰਚ ਨਾ ਸਕੇ ਜਾਂ ਕਾਨੂੰਨਾਂ ਦੀ ਉਲੰਘਣਾ ਨਾ ਕਰ ਸਕੇ ਹੁਣ ਆਪਾਂ ਗੱਲ ਕਰਦੇ ਹਾਂ ਵਿਜ਼ਟਰ ਵੱਲੋਂ ਦਿੱਤੀ ਗਈ ਸੂਚਨਾ ਨੂੰ ਦਰਜ ਕਰਨਾ ਵਿਜ਼ਟਰ ਕੀ ਹੁੰਦਾ ਹੈ ਇਸ ਕੋਲੇ ਕੀ ਸੂਚਨਾ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਵਿਜ਼ਟਰ ਕੀ ਹੁੰਦਾ ਹੈ ਵਿਜ਼ਟਰ ਮਹਿਮਾਨ ਹੁੰਦਾ ਹੈ ਜੋ ਸੰਸਥਾ ਦੇ ਵਿੱਚ ਕਿਸੇ ਕੰਮ ਦੇ ਲਈ ਆਉਂਦਾ ਹੈ ਜਾਂ ਕਿਸੇ ਸੂਚਨਾ ਪ੍ਰਾਪਤ ਕਰਨ ਦੇ ਲਈ ਆਉਂਦਾ ਹੈ ਜਾਂ ਸੰਸਥਾ ਦੇ ਸਬੰਧ ਦੇ ਵਿੱਚ ਕਿਸੇ ਕੰਮ ਦੇ ਲਈ ਆਵੇ ਵਿਜ਼ਟਰ ਦੋ ਪ੍ਰਕਾਰ ਦੇ ਹੁੰਦੇ ਹਨ ਸਥਾਈ ਵਿਜ਼ਟਰ ਅਸਥਾਈ ਵਿਜ਼ਟਰ ਜਿਹਨਾਂ ਨੂੰ ਆਪਾਂ ਪਲਾਨਡ ਔਰ ਅਨਪਲਾਨਡ ਵਿਜ਼ਟਰ ਵੀ ਕਹੇ ਦਿੰਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਵਿਜ਼ਟਰ ਕੋਲ ਕੀ ਸੂਚਨਾ ਹੁੰਦੀ ਹੈ ਵਿਜ਼ਟਰ ਕੋਲ ਸਭ ਤੋਂ ਪਹਿਲਾਂ ਨਿੱਜੀ ਵੇਰਵੇ ਦੀ ਸੂਚਨਾ ਹੁੰਦੀ ਹੈ ਜਿਵੇਂ ਕਿ ਉਸ ਦਾ ਨਾਮ ਪਤਾ ਡੈਜਿਗਨੇਸ਼ਨ ਇਸ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ ਜੋ ਉਹ ਨਿੱਜੀ ਸੁਰੱਖਿਆ ਕਰਮਚਾਰੀ ਨੂੰ ਦਿੰਦਾ ਹੈ ਇਸ ਤੋਂ ਲਾਭ ਉਸ ਕੋਲ ਇਹ ਵੀ ਸੂਚਨਾ ਹੁੰਦੀ ਹੈ ਕਿ ਉਹ ਸੰਸਥਾ ਦੇ ਵਿੱਚ ਕਿਸ ਕੰਮ ਦੇ ਲਈ ਆਇਆ ਹੈ ਅਤੇ ਕਿਸ ਨੂੰ ਮਿਲਣ ਆਇਆ ਹੈ ਇਹ ਸਾਰੀ ਜਾਣਕਾਰੀ ਨਿੱਜੀ ਸੁਰੱਖਿਆ ਅਧਿਕਾਰੀ ਵੱਲੋਂ ਇੱਕ ਲੌਗ ਬੁੱਕ ਦੇ ਵਿੱਚ ਦਰਜ ਕੀਤੀ ਜਾਂਦੀ ਹੈ ਪਾਵੇਂ ਉਹ ਨੋਟਬੁੱਕ ਹੋਵੇ ਪਾਵੇਂ ਉਹ ਆਨਲਾਈਨ ਲੌਗ ਬੁੱਕ ਹੋਵੇ ਜਿਨ੍ਹਾਂ ਨੂੰ ਕਾਫੀ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਿਆ ਜਾਂਦਾ ਹੈ ਤਾਂ ਜੋ ਇਹ ਸਾਰੀ ਜਾਣਕਾਰੀ ਲੋਡ ਪੈਣ ਤੇ ਕੰਮ ਆ ਸਕੇ ਹੁਣ ਆਪਾਂ ਵਿਜ਼ਟਰਾਂ ਦੀ ਸ਼੍ਰੇਣੀ ਬਾਰੇ ਗੱਲ ਕਰਦੇ ਹਾਂ ਵਿਜ਼ਟਰਾਂ ਨੂੰ ਵੱਡੇ ਪੱਧਰ ਤੇ ਦੋ ਵਰਗਾਂ ਦੇ ਵਿੱਚ ਵੰਡਿਆ ਗਿਆ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੂਚੀ ਵਿੱਚ ਪਹਿਲਾਂ ਤੋਂ ਦਰਜ ਕੀਤੇ ਗਏ ਵਿਜ਼ਟਰ ਇਹਨਾਂ ਨੂੰ ਪ੍ਰੀ ਸ਼ਡਿਊਲਡ ਵਿਜ਼ਟਰ ਵੀ ਕਹਿ ਦਿੰਦੇ ਹਾਂ ਸੂਚੀ ਵਿੱਚ ਦਰਜ ਵਿਜ਼ਟਰ ਉਹ ਵਿਅਕਤੀ ਹਨ ਜਿਨ੍ਹਾਂ ਨੇ ਕਦੇ ਪਹਿਲਾਂ ਅਦਾਰੇ ਵਿੱਚ ਆਉਣ ਦੀ ਆਗਿਆ ਮੰਗੀ ਸੀ ਜਾਂ ਉਹ ਅਦਾਰੇ ਸੰਸਥਾ ਵੱਲੋਂ ਬੁਲਾਏ ਗਏ ਸਨ ਜਾਂ ਉਹ ਸੰਸਥਾ ਦੇ ਕਰਮਚਾਰੀ ਵਜੋਂ ਸੰਸਥਾ ਵਿੱਚ ਆਏ ਹਨ ਇਹ ਵਿਜ਼ਟਰ ਆਸਾਨੀ ਨਾਲ ਅਦਾਰੇ ਦੇ ਵਿਜ਼ਟਰ ਰਜਿਸਟਰ ਵਿੱਚ ਦਰਜ ਹੋ ਸਕਦੇ ਹਨ ਵਿਜ਼ਟਰਾਂ ਦੇ ਆਉਣ ਤੋਂ ਪਹਿਲਾਂ ਡਿਊਟੀ ਤੇ ਤਾਇਨਾਤ ਕਰਮਚਾਰੀ ਦਰਸ਼ਕਾਂ ਦੇ ਵੇਰਵੇ ਜਾਂ ਡਾਟਾ ਦਰਜ ਕਰਦਾ ਹੈ ਇੱਕ ਕਰਮਚਾਰੀ ਨੂੰ ਵਿਜ਼ਟਰ ਦਾ ਮੇਜਬਰ ਬਣਨ ਜਾਂ ਉਸ ਦਾ ਸਵਾਗਤ ਸਤਿਕਾਰ ਜਾਂ ਪ੍ਰਾਉਣਾਚਾਰੀ ਦਾ ਕੰਮ ਦਿੱਤਾ ਜਾਂਦਾ ਹੈ ਉਸ ਵਿਅਕਤੀ ਨੇ ਕਿੰਨਾ ਸਮਾਂ ਆਧਾਰੇ ਵਿੱਚ ਰਹਿਣਾ ਹੈ ਇਹ ਵੀ ਉਸ ਵਿੱਚ ਦਰਜ ਕੀਤਾ ਜਾ ਸਕਦਾ ਹੈ ਉਸ ਦੇ ਆਉਣ ਦਾ ਕੀ ਮੰਤਵ ਹੈ ਇਹ ਵੀ ਵਿਸ਼ੇਸ਼ ਤੌਰ ਤੇ ਦਰਜ ਕੀਤਾ ਜਾਂਦਾ ਹੈ ਅਜਿਹੇ ਵਿਜ਼ਟਰ ਨੂੰ ਸੰਭਾਲਣਾ ਸੰਸਥਾ ਲਈ ਬਹੁਤ ਆਸਾਨ ਹੁੰਦਾ ਹੈ ਕਿਉਂਕਿ ਆਧਾਰੇ ਦਾ ਉਹਨਾਂ ਨੂੰ ਸੰਭਾਲਣ ਦਾ ਪੂਰਾ ਇੰਤਜ਼ਾਮ ਕੀਤਾ ਹੁੰਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਸੂਚੀ ਵਿੱਚ ਦਰਜ ਨਾ ਹੋਏ ਵਿਜ਼ਟਰ अनशेड्यूल्ड विज़िटर ਪਹਿਲਾਂ ਤੋਂ ਹੀ ਦਰਜ ਕੀਤੇ ਗਏ ਵਿਜ਼ਟਰਾਂ ਤੋਂ ਇਲਾਵਾ ਦੂਸਰੇ ਵਿਜ਼ਟਰ ਬਿਨਾ ਦਰਜ ਕੀਤੇ ਹੋਏ ਵਿਜ਼ਟਰਾਂ ਦੇ ਵਰਗ ਵਿੱਚ ਆਉਂਦੇ ਹਨ ਅਜਿਹੇ ਵਿਜ਼ਟਰ ਜਿਆਦਾ ਸਾਵਧਾਨੀ ਦੀ ਮੰਗ ਕਰਦੇ ਹਨ ਕਿਉਂਕਿ ਇਹਨਾਂ ਬਾਰੇ ਮੂਲ ਰੂਪ ਵਿੱਚ ਕੋਈ ਜਾਣਕਾਰੀ ਨਹੀਂ ਹੁੰਦੀ ਅਜਿਹੇ ਵਿਜ਼ਟਰਾਂ ਨੂੰ ਸੰਭਾਲਣ ਲਈ ਬਹੁਤ ਕੋਸ਼ਿਸ਼ ਜਾਣਕਾਰੀ ਦੇ ਸਰੋਤ ਅਤੇ ਸੰਬੰਧਿਤ ਸੂਚਨਾ ਦਰਜ ਕਰਨ ਲਈ ਸਮੇਂ ਦੀ ਲੋੜ ਹੁੰਦੀ ਹੈ ਇਹ ਸਨ ਰਜਿਸਟਰ ਦੇ ਵਰਗ ਅਤੇ ਹੁਣ ਆਪਾਂ ਅੱਗੇ ਗੱਲ ਕਰਾਂਗੇ ਵਿਜ਼ਟਰਾਂ ਦੇ ਪ੍ਰਬੰਧ ਬਾਰੇ ਵਿਜ਼ਟਰ ਪ੍ਰਬੰਧਨ ਇਸ ਨੂੰ ਵਿਜ਼ਟਰ ਮੈਨੇਜਮੈਂਟ ਵੀ ਕਹਿ ਦਿੰਦੇ ਹਾਂ ਵਿਜ਼ਟਰ ਪ੍ਰਬੰਧ ਨਾਲ ਸੁਰੱਖਿਆ ਤੇ ਕੋਈ ਵੀ ਅਸਰ ਨਹੀਂ ਪੈਂਦਾ ਸਗੋਂ ਇਸ ਧਾਰੇ ਨਾਲ ਆਧਾਰ ਨੂੰ ਵੱਧ ਤੋਂ ਵੱਧ ਫਾਇਦਾ ਹੁੰਦਾ ਹੈ ਵਿਸ਼ੇਸ਼ ਪ੍ਰਕਾਰ ਦੀ ਦਰਸ਼ਕ ਪ੍ਰਬੰਧ ਵਿਵਸਥਾ ਵਿੱਚ ਵੇਰਵੇ ਦਰਜ ਕਰਨ ਲੱਭਣ ਅਤੇ ਦਰਸ਼ਕਾਂ ਵੱਲੋਂ ਆਧਾਰੇ ਦੇ ਆਹਤੇ ਵਿੱਚ ਰਹਿਣ ਦਾ ਸਮਾਂ ਆਦਿ ਦਾ ਪ੍ਰਬੰਧ ਕੀਤਾ ਹੁੰਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਵਿਜ਼ਟਰ ਪ੍ਰਬੰਧ ਦਾ ਸਭ ਤੋਂ ਪਹਿਲਾ ਉਦੇਸ਼ ਕੀ ਹੁੰਦਾ ਹੈ ਸਹੂਲਤਾਂ ਦੀ ਵਰਤੋਂ ਕਰਨ ਸੰਬੰਧੀ ਨਿਰੇਖਣ ਵਿੱਚ ਮਦਦ ਕਰਦਾ ਹੈ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਅਗਰ ਆਪਾਂ ਉਸ ਦੀ ਮੈਨੇਜਮੈਂਟ ਕਰਦੇ ਹਾਂ ਤਾਂ ਆਪਾਂ ਉਸ ਦੀਆਂ ਪੂਰੀਆਂ ਸਹੂਲਤਾਂ ਦਾ ਫਾਇਦਾ ਲੈ ਸਕਦੇ ਹਾਂ ਇਸੇ ਤਰ੍ਹਾਂ ਵਿਜ਼ਟਰ ਪ੍ਰਬੰਧਨ ਸਾਰੀਆਂ ਸਹੂਲਤਾਂ ਨੂੰ ਜਾਂਚਦਾ ਹੈ ਅਤੇ ਉਹਨਾਂ ਦੀ ਸਹੀ ਤਰੀਕੇ ਦੇ ਨਾਲ ਵਰਤੋਂ ਕਰਨ ਦੇ ਵਿੱਚ ਮਦਦ ਕਰਦਾ ਹੈ ਵਿਜ਼ਟਰ ਮੈਨੇਜਮੈਂਟ ਥੋੜੇ ਜਿਹੇ ਸਮੇਂ ਵਿੱਚ ਦਰਸ਼ਕਾਂ ਦੇ ਸਾਰੇ ਵੇਰਵਿਆਂ ਬਾਰੇ ਸੂਚਨਾ ਪ੍ਰਦਾਨ ਕਰਦਾ ਹੈ ਜਿਵੇਂ ਕਿ ਦਰਸ਼ਕ ਆਉਣ ਤੋਂ ਪਹਿਲਾਂ ਆਪਾਂ ਉਹਨਾਂ ਦੀ ਸਾਰੀ ਇਨਫੋਰਮੇਸ਼ਨ ਨੂੰ ਇੱਕ ਲਗਵਕ ਵਿੱਚ ਸਟੋਰ ਕਰਕੇ ਰੱਖ ਦਿੰਦੇ ਹਾਂ ਅਤੇ ਲੋਡ ਪੈਣ ਸਮੇਂ ਆਪਾਂ ਉਹ ਸੂਚਨਾ ਨੂੰ ਵਰਤੋਂ ਕਰ ਸਕਦੇ ਹਾਂ ਸੁਰੱਖਿਆ ਖਾਮੀਆਂ ਵਿੱਚ ਸਬੂਤ ਵਜੋਂ ਕੰਮ ਕਰਦਾ ਹੈ ਵਿਜ਼ਟਰ ਪ੍ਰਬੰਧਨ ਦੇ ਵਿੱਚ ਵਿਜ਼ਟਰਾਂ ਵੱਲੋਂ ਸੂਚਨਾ ਲਈਤੀ ਜਾਂਦੀ ਹੈ ਜੋ ਕਿ ਅੱਗੇ ਕਿਸੇ ਦੁਰਘਟਨਾ ਦੌਰਾਨ ਜਾਂ ਕਿਸੇ ਸੰਕਟ ਦੌਰਾਨ ਆਪਣੇ ਲਈ ਸਬੂਤ ਦਾ ਕੰਮ ਕਰ ਸਕਦੀ ਹੈ। ਦਰਸ਼ਕ ਪ੍ਰਬੰਧ ਦੀ ਇਲੈਕਟ੍ਰੋਨਿਕ ਵਿਵਸਥਾ ਅੱਜਕਲ ਜ਼ਿਆਦਾ ਆਮ ਅਤੇ ਅਸਰਦੈਕਸ਼ਿਤ ਹੋ ਰਹੀ ਹੈ। ਜਿਵੇਂ ਕਿ ਅੱਜਕਲ ਕਾਫੀ ਸੰਸਥਾ ਦੇ ਵਿੱਚ ਇਲੈਕਟ੍ਰੋਨਿਕ ਮਦਦ ਦੀ ਨਾਲ ਵਿਜ਼ਟਰ ਪ੍ਰਬੰਧਨ ਕੀਤਾ ਜਾਂਦਾ ਹੈ। ਜਿਸ ਦੇ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ। ਵਿਜ਼ਿਟਰ ਪ੍ਰਬੰਧਨ ਦੀ ਜ਼ਰੂਰਤ ਹੁਣ ਆਪਾਂ ਗੱਲ ਕਰਦੇ ਹਾਂ ਕਿ ਵਿਜ਼ਿਟਰ ਪ੍ਰਬੰਧਨ ਦੀ ਜ਼ਰੂਰਤ ਕਿਉਂ ਹੁੰਦੀ ਹੈ ਜਿਵੇਂ ਕਿ ਆਪਾਂ ਗੱਲ ਕੀਤੀ ਸੀ ਇੱਕ ਸੰਸਥਾ ਦੇ ਵਿੱਚ ਕਾਫੀ ਤਰ੍ਹਾਂ ਦੇ ਕਰਮਚਾਰੀ ਆਉਂਦੇ ਹਨ ਸਥਾਈ ਕਰਮਚਾਰੀ ਅਸਥਾਈ ਕਰਮਚਾਰੀ ਅਤੇ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀ ਇਹਨਾਂ ਸਾਰੇ ਕਰਮਚਾਰੀਆਂ ਦਾ ਵੇਰਵਾ ਅਲੱਗ-ਅਲੱਗ ਦਰਜ ਹੁੰਦਾ ਹੈ ਅਧਾਰੇ ਵਿੱਚ ਕੰਮ ਕਰਨ ਵਾਲੇ ਸਥਾਈ ਕਰਮਚਾਰੀ ਦੀ ਸਾਰੀ ਜਾਣਕਾਰੀ ਦਰਜ ਹੁੰਦੀ ਹੈ ਅਤੇ ਅਸਥਾਈ ਕਰਮਚਾਰੀ ਦੇ ਸੰਬੰਧ ਵਿੱਚ ਥੋੜਾ ਘੱਟ ਜ਼ੋਰ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸਥਾਈ ਕਰਮਚਾਰੀ ਨੇ ਮੁੜ ਕੇ ਸੰਸਥਾ ਵਿੱਚ ਆਉਣਾ ਹੈ ਜਾਂ ਨਹੀਂ ਇਸੇ ਲਈ ਉਹ ਉਹਨਾਂ ਬਾਰੇ ਜਿੰਨੀ ਘੱਟ ਹੋ ਸਕੇ ਉਹਨਾਂ ਘੱਟ ਸੂਚਨਾ ਪ੍ਰਦਾਨ ਕਰਦੇ ਹਨ ਪਰ ਇਹ ਅਸਥਾਈ ਕਰਮਚਾਰੀ ਤੋਂ ਹੀ ਸੰਸਥਾ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ ਇਸੇ ਲਈ ਸੁਰੱਖਿਆ ਕਰਮਚਾਰੀ ਨੂੰ ਹਰੇਕ ਵਿਜ਼ਿਟਰ ਤੋਂ ਪੂਰੀ ਸੂਚਨਾ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਚਾਹੀਦੀ ਹੈ ਆਪਾਂ ਚਾੜ ਦੀ ਮਦਦ ਨਾਲ ਦੇਖਾਂਗੇ ਕਿ ਸੰਸਥਾ ਦੇ ਵਿੱਚ ਕਿਹੜੇ-ਕਿਹੜੇ ਕਿਸਮ ਦੇ ਦੇ ਕਰਮਚਾਰੀ ਆਉਂਦੇ ਹਨ ਅਤੇ ਉਹਨਾਂ ਤੋਂ ਸੰਸਥਾ ਨੂੰ ਕਿਸ ਤਰ੍ਹਾਂ ਦਾ ਖਤਰਾ ਹੁੰਦਾ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵਿਅਕਤੀ ਦੀ ਕਿਸਮ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਵਿਜ਼ਟਰਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਕਰਮਚਾਰੀ ਅਸਥਾਈ ਕਰਮਚਾਰੀ ਦਰਸ਼ਕ ਹੁਣ ਆਪਾਂ ਦੂਜੇ ਪਾਸੇ ਦੇਖਦੇ ਹਾਂ ਸੁਰੱਖਿਆ ਪੱਖੋਂ ਵਿਅਕਤੀ ਬਾਰੇ ਜਾਣਕਾਰੀ ਜੋ ਕਰਮਚਾਰੀ ਸੰਸਥਾ ਦੇ ਵਿੱਚ ਕੰਮ ਕਰਦਾ ਹੈ ਉਸ ਦੀ ਪਿਛਲੀ ਜ਼ਿੰਦਗੀ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ ਅਸਥਾਈ ਕਰਮਚਾਰੀ ਆਸ਼ੰਕਿਕ ਠੇਕੇਦਾਰ ਦੀਆਂ ਸਾਰੀਆਂ ਸੂਚਨਾਵਾਂ ਇਸ ਵਿੱਚ ਠੇਕੇਦਾਰ ਦੇ ਸੰਬੰਧ ਵਿੱਚ ਕੁਝ ਜ਼ਰੂਰੀ ਸੂਚਨਾਵਾਂ ਹੀ ਰਿਕਾਰਡ ਹੁੰਦੀਆਂ ਹਨ। ਦਰਸ਼ਕ ਇਸ ਦੇ ਬਾਰੇ ਸੰਸਥਾ ਨੂੰ ਕੋਈ ਵੀ ਜਾਣਕਾਰੀ ਨਹੀਂ ਹੁੰਦੀ। ਹੁਣ ਆਪਾਂ ਗੱਲ ਕਰਦੇ ਹਾਂ ਆਧਾਰੇ ਵਿੱਚ ਰਹਿਣ ਦਾ ਸਮਾਂ। ਕਰਮਚਾਰੀ ਕਰਮਚਾਰੀ ਆਪਣੀ ਡਿਊਟੀ ਦੇ ਦੌਰਾਨ ਆਧਾਰੇ ਦੇ ਵਿੱਚ ਰਹਿੰਦਾ ਹੈ ਅਤੇ ਉਸ ਦੇ ਰਹਿਣ ਦਾ ਸਮਾਂ ਪਿਛਲੇ ਕੁਝ 2 ਸਾਲ 3 ਸਾਲ 4 ਸਾਲ ਜਾਂ ਇਸ ਤੋਂ ਵੱਧ ਦਾ ਵੀ ਹੋ ਸਕਦਾ ਹੈ ਅਸਥਾਈ ਕਰਮਚਾਰੀ ਇਹ ਹਫ਼ਤੇ ਤੋਂ ਕੁਝ ਮਹੀਨਿਆਂ ਵਾਲਾ ਥੋੜਾ ਜਿਹਾ ਸਮਾਂ ਹੁੰਦਾ ਹੈ ਦਰਸ਼ਕ ਇਸ ਦਾ ਸੰਸਥਾ ਦੇ ਵਿੱਚ ਰੁਕਣ ਦਾ ਸਮਾਂ ਕੁਝ ਘੰਟੇ ਜਾਂ ਕੁਝ ਮਿੰਟਾਂ ਦਾ ਹੀ ਹੁੰਦਾ ਹੈ ਸੁਰੱਖਿਆ ਸੰਬੰਧੀ ਖਤਰਿਆਂ ਦੀ ਸੰਭਾਵਨਾ ਕਰਮਚਾਰੀਆਂ ਤੋਂ ਸੰਸਥਾ ਨੂੰ ਬਹੁਤ ਘੱਟ ਖਤਰਾ ਹੁੰਦਾ ਹੈ ਅਸਥਾਈ ਕਰਮਚਾਰੀ ਬਾਰੇ ਇਸ ਤੋਂ ਸੰਸਥਾ ਨੂੰ ਦਰਮਿਆਨਾ ਖਤਰਾ ਹੁੰਦਾ ਹੈ ਕਿਉਂਕਿ ਇਸ ਬਾਰੇ ਕੰਪਨੀ ਕੋਲੇ ਕੁਝ ਜਾਣਕਾਰੀ ਹੁੰਦੀ ਹੈ ਦਰਸ਼ਕ ਇਸ ਬਾਰੇ ਸੰਸਥਾ ਨੂੰ ਬਹੁਤ ਹੀ ਜ਼ਿਆਦਾ ਖਤਰਾ ਹੁੰਦਾ ਹੈ ਕਿਉਂਕਿ ਇਸ ਬਾਰੇ ਨਾ ਤਾਂ ਕੋਈ ਜਾਣਕਾਰੀ ਹੁੰਦੀ ਹੈ ਤੇ ਨਾ ਹੀ ਕੋਈ ਸਬੂਤ ਹੁੰਦਾ ਹੈ ਇਸ ਲਈ ਵਿਜ਼ਟਰ ਪ੍ਰਬੰਧਨ ਦੇ ਵਿੱਚ ਸਾਰੇ ਕਰਮਚਾਰੀਆਂ ਦੇ ਪ੍ਰਤੀ ਅਤੇ ਸਾਰੇ ਦਰਸ਼ਕਾਂ ਦੇ ਪ੍ਰਤੀ ਪੂਰੀ ਜਾਣਕਾਰੀ ਹੋਣੀ ਬਹੁਤ ਹੀ ਮਹੱਤਵਪੂਰਨ ਹੈ ਵਿਜ਼ਟਰ ਪ੍ਰਬੰਧਨ ਦੇ ਵਿੱਚ ਵਿਜ਼ਟਰਾਂ ਅਤੇ ਗੱਡੀਆਂ ਦੀ ਵੀ ਸੈਟਿੰਗ ਹੁੰਦੀ ਹੈ ਜਿਸ ਵਿੱਚ ਵਿਜ਼ਟਰਾਂ ਦੇ ਨਾਲ-ਨਾਲ ਪਾਰਕਿੰਗ ਦੀ ਫੈਸਿਲਿਟੀ ਵੀ ਅਰੇਂਜ ਕਰਨ ਦਾ ਹੈ ਜਿਵੇਂ ਬਾਰੀ ਸੁਰੱਖਿਆ ਕਰਮਚਾਰੀ ਦੀ ਹੁੰਦੀ ਹੈ ਆਓ ਹੁਣ ਆਪਾਂ ਗੱਲ ਕਰਦੇ ਹਾਂ ਗੱਡੀਆਂ ਅਤੇ ਵਿਅਕਤੀਆਂ ਦੀ ਅਗਵਾਈ ਇਹ ਬਹੁਤ ਮਹੱਤਵਪੂਰਨ ਹੈ ਕਿ ਪਾਰਕਿੰਗ ਸੰਬੰਧੀ ਹਦਾਇਤਾਂ ਜਾਂ ਇੰਤਿਆਰਨ ਬਾਰੇ ਸਭ ਕੁਝ ਸਪਸ਼ਟ ਹੋਵੇ ਜਿਵੇਂ ਕਿ ਕੋਈ ਵੀ ਵਿਜ਼ਟਰ ਸੰਸਥਾ ਦੇ ਵਿੱਚ ਆਉਂਦਾ ਹੈ ਤਾਂ ਉਹ ਆਪਣੀ ਕਾਰ ਜਾਂ ਟੈਕਸੀ ਲੈ ਕੇ ਆਉਂਦਾ ਹੈ ਤਾਂ ਇਸ ਦੇ ਵਿੱਚ ਵਿਜ਼ਟਰ ਨੂੰ ਸਾਰੀਆਂ ਹਦਾਇਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਗੱਡੀ ਕਿੱਥੇ پارک ਹੋਣੀ ਹੈ ਅਤੇ ਪਾਰਕਿੰਗ ਦੇ ਵਿੱਚ ਕੀ ਕੀ ਹਦਾਇਤਾਂ ਹਨ ਇਹਨਾਂ ਬਾਰੇ ਸਾਰੀ ਜਾਣਕਾਰੀ ਦੇਣਾ ਨਜੀਸ ਰੱਖਿਆ ਅਧਿਕਾਰੀ ਦਾ ਕੰਮ ਹੁੰਦਾ ਹੈ ਇਹਨਾਂ ਤੋਂ ਬਿਨਾ ਸੁਰੱਖਿਆ ਕਰਮਚਾਰੀ ਨੂੰ ਪਾਰਕਿੰਗ ਦੇ ਸਾਰੇ ਹਾਲਾਤ ਜਾਂ ਵੇਰਵਿਆਂ ਦੀ ਪੂਰੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਪਾਰਕਿੰਗ ਵਿੱਚ ਗੱਡੀਆਂ ਖੜੇ ਕਰਨ ਜੋਗੇ ਕਾਫੀ ਜਗ੍ਹਾ ਹੈ ਵੀ ਜਾਂ ਨਹੀਂ ਇਸ ਉਪਰੰਤ ਉਸਨੇ ਟਾਈਮ ਤੇ ਡਿਸੀਜਨ ਲੈਣਾ ਹੁੰਦਾ ਹੈ ਅਤੇ ਉਹ ਲੋਡ ਪੈਣ ਤੇ ਵਕਰੀ ਪਾਰਕਿੰਗ ਦਾ ਵੀ ਹਿਲਾ ਕਰਨਾ ਬੰਦਾ ਹੈ ਇਹ ਸਾਰੀਆਂ ਗੱਲਾਂ ਧਿਆਨ ਵਿੱਚ ਰੱਖੇ ਜਾਂਦੀਆਂ ਹਨ ਕਿ ਜੋ ਵੀ ਵਿਜ਼ਟਰ ਆਉਂਦਾ ਹੈ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਾਰੀਆਂ ਹੀ ਗੱਡੀਆਂ ਦੇ ਅੰਦਰ ਆਉਣ ਅਤੇ ਬਾਹਰ ਜਾਣ ਸੰਬੰਧੀ ਸਮੇਂ ਦਾ ਪੂਰਾ ਪੂਰਾ ਰਿਕਾਰਡ ਰੱਖਿਆ ਜਾਣਾ ਚਾਹੀਦਾ ਹੈ ਇਹ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਤਾਂ ਜੋ ਕੋਈ ਦੁਰਘਟਨਾ ਪੈਣ ਸਮੇ ਇਹ ਰਿਕਾਰਡ ਕੰਮ ਆ ਸਕੇ ਅਤੇ ਅਪਰਾਧੀ ਨੂੰ ਫਰਨ ਦੇ ਵਿੱਚ ਸਹਾਈ ਸਾਬਤ ਹੋ ਸਕੇ ਇਸ ਤੋਂ ਬਿਨਾ ਮਹਿਮਾਨਾਂ ਅਤੇ ਉਹਨਾਂ ਦੇ ਡਰਾਈਵਰਾਂ ਵੱਲੋਂ ਪਾਰਕਿੰਗ ਵਿੱਚ ਗੱਡੀਆਂ ਖੜੀਆਂ ਕਰਨ ਤੋਂ ਬਾਅਦ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਵੀ ਬਹੁਤ ਹੀ ਧਿਆਨ ਨਾਲ ਨਿਗਰਾਨੀ ਕਰਨੀ ਚਾਹੀਦੀ ਹੈ ਇਹ ਪਾਇਆ ਜਾਂਦਾ ਹੈ ਕਿ ਸੁੰਸਾਨ ਪਾਰਕਿੰਗ ਵਿੱਚ ਜ਼ਿਆਦਾਤਰ ਡਰਾਈਵਰ ਚੋਰੀ ਜਾਂ ਔਰ ਅਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ ਇਸ ਲਈ ਨਿਜੀ ਸੁਰੱਖਿਆ ਅਧਿਕਾਰੀ ਨੂੰ ਚਕੰਨੇ ਰਹਿਣਾ ਚਾਹੀਦਾ ਹੈ ਅਤੇ ਅਜਿਹੀਆਂ ਗਤੀਵਿਧੀਆਂ ਦੀ ਨਜ਼ਰਸਾਨੀ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਘਟਨਾ ਹੋਣ ਤੋਂ ਪਹਿਲਾਂ ਰੋਕੀ ਜਾ ਸਕੇ ਵਿਜ਼ਟਰਾਂ ਪ੍ਰਤੀ ਦਿਖਾਈ ਜਾਣ ਵਾਲੀ ਹਮਦਰਦੀ ਇਹ ਆਸ ਕੀਤੀ ਜਾਂਦੀ ਹੈ ਕਿ ਸਰਕਾਰੀ ਕਰਮਚਾਰੀ ਸਹਾਇਤਾ ਕਰਨ ਵਾਲੇ ਅਤੇ ਬਿਨਾਂ ਕਿਸੇ ਦਿਖਾਵੇ ਦੇ ਦੋਸਤਾਨਾ ਵਰਤਾਓ ਕਰਨ ਵਾਲੇ ਹੁੰਦੇ ਹਨ ਪਛਾਬਰ ਵਿਤਾਓ ਹਮੇਸ਼ਾ ਖਤਰੇ ਤੋਂ ਬਚਾਉਣ ਵਿੱਚ ਮਦਦ ਕਰਨ ਵਾਲਾ ਹੁੰਦਾ ਹੈ ਇਹ ਮੌਕੇ ਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਹੰਗਾਮੇ ਤੋਂ ਬਚਾਉਣ ਦੇ ਲਈ ਮਦਦਗਾਰ ਸਾਬਤ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਕਰਮਚਾਰੀ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਵਿਜ਼ਟਰ ਨੂੰ ਬਣਦਾ ਸਰਕਾਰ ਦੇਣਾ ਚਾਹੀਦਾ ਹੈ ਅਤੇ ਜਲਦੀ ਹੀ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਲੈਣੀਆਂ ਚਾਹੀਦੀਆਂ ਹਨ। ਅਤੇ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਸਵਾਲ ਹੁੰਦੇ ਹਨ ਉਹਨਾਂ ਦਾ ਤੁਰੰਤ ਤੋਂ ਤੁਰੰਤ ਸਹੀ ਜਵਾਬ ਦਿੱਤਾ ਜਾਵੇ। ਵਿਜ਼ਟਰਾਂ ਨੂੰ ਪੂਰੀਆਂ ਹਦਾਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਕਿ ਉਸ ਨੇ ਕਿੱਥੇ ਤੇ ਕਿਵੇਂ ਪਹੁੰਚਣਾ ਹੈ ਵਿਸ਼ੇਸ਼ ਸੁਰੱਖਿਆ ਸਹੂਲਤਾਂ ਵਾਲੇ ਅਦਾਰੇ ਵਿੱਚ ਵਿਜ਼ਟਰ ਨੂੰ ਬਕਾਇਦਾ ਨਾਲ ਲੈ ਕੇ ਅੰਦਰ ਜਾ ਬਾਹਰ ਲਿਜਾਇਆ ਜਾਂਦਾ ਹੈ ਅਤੇ ਕਈ ਮਹਿਮਾਨਾਂ ਨੂੰ ਉਹਨਾਂ ਦੇ ਨੈਮਿਤ ਸਟਾਨਾ ਤੇ ਪਹੁੰਚਾਉਣ ਲਈ ਉਹਨਾਂ ਦੀ ਮਦਦ ਵੀ ਕਰਦੇ ਹਨ ਕਿਸੇ ਕਠਿਨਾਈ ਨੂੰ ਦੇਖਦੇ ਹੋਏ ਵਿਜ਼ਟਰਾਂ ਨੂੰ ਸਵਾਗਤੀ ਕਮਰੇ ਵਿੱਚ ਸੋਧਿਤ ਕਰਨਾ ਚਾਹੀਦਾ ਹੈ ਕਿ ਉਹ ਸੁਰੱਖਿਆ ਸਟਾਫ ਨਾਲ ਸੰਪਰਕ ਕਰੇ ਅਜਿਹੇ ਹਾਲਤ ਵਿੱਚ ਵਿਜ਼ਟਰ ਨੂੰ ਕਿਸੇ ਵੀ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣ ਦੇ ਵਿੱਚ ਬਹੁਤ ਹੀ ਮਦਦ ਮਿਲਦੀ ਹੈ ਵਿਜ਼ਟਰਾਂ ਦੇ ਅੰਦਰ ਜਾਣ ਸਮੇਂ ਤਾਂ ਸੁਰੱਖਿਆ ਕਰਮਚਾਰੀ ਹਮਦਰਦੀ ਦਿਖਾਉਂਦਾ ਹੀ ਹੈ ਬਾਹਰ ਆਉਂਦੇ ਵਕਤ ਵੀ ਹਮਦਰਦੀ ਵਾਲਾ ਵਿਰਤਾਅ ਕਰਨਾ ਚਾਹੀਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਸਮੱਸਿਆ ਪੈਦਾ ਕਰਨ ਵਾਲੇ ਵਿਜ਼ਟਰ ਮਹਿਮਾਨਾਂ ਦੀ ਸੰਭਾਲ ਕੁਝ ਅਜਿਹੇ ਮੌਕੇ ਆ ਸਕਦੇ ਹਨ ਜਿਨ੍ਹਾਂ ਵਿੱਚ ਸੁਰੱਖਿਆ ਕਰਮਚਾਰੀਆਂ ਨੂੰ ਅਜਿਹੇ ਵਿਜ਼ਟਰ ਨਾਲ ਸਾਹਮਣਾ ਹੋ ਜਾਂਦਾ ਹੈ ਜੋ ਬਹੁਤ ਹੀ ਅਜੀਬ ਢੰਗ ਨਾਲ ਵਰਤਾਓ ਕਰਦੇ ਹਨ ਅਜਿਹੇ ਮੌਕੇ ਵਿੱਚ ਸੁਰੱਖਿਆ ਅਧਿਕਾਰੀ ਨੂੰ ਬਹੁਤ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਵਿਰੁੱਧ ਕੋਈ ਸਖਤ ਐਕਸ਼ਨ ਲਿਆ ਜਾ ਸਕਦਾ ਹੈ। ਅਜਿਹੇ ਹਾਲਾਤਾਂ ਬਾਰੇ ਸੀਨੀਅਰ ਸੁਪਰਵਾਈਜ਼ਰ ਨੂੰ ਵੀ ਦੱਸਣ ਜਾਣਾ ਚਾਹੀਦਾ ਹੈ ਤਾਂ ਜੋ ਸੁਪਰਵਾਈਜ਼ਰ ਮੌਕੇ ਤੇ ਆ ਕੇ ਸਥਿਤੀ ਦਾ ਜਾਇਜ਼ਾ ਲੈ ਸਕੇ। ਸੁਪਰਵਾਈਜ਼ਰ ਦੇ ਆਉਣ ਤੇ ਅਫਸਰ ਨੂੰ ਦੋਵੇਂ ਪੱਖਾਂ ਨੂੰ ਸੁਣਨਾ ਚਾਹੀਦਾ ਹੈ ਅਤੇ ਦਰਸ਼ਕ ਨੂੰ ਇੱਕ ਵਾਰ ਆਪਣਾ ਪੱਖ ਰੱਖਣ ਦਾ ਮੌਕਾ ਦੇਣਾ ਚਾਹੀਦਾ ਹੈ। ਅਜਿਹੇ ਸਮੇ ਅਫਸਰ ਦੋਨੇ ਤਰ੍ਹਾਂ ਦੀਆਂ ਗੱਲਾਂ ਸੁਣਦਾ ਹੈ ਅਤੇ ਮੰਦੀ ਕਾਰਵਾਈ ਮੌਕੇ ਤੇ ਕਰਦਾ ਹੈ ਸੁਰੱਖਿਆ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧ ਸਰਵੇਲੈਂਸ ਐਂਡ ਪ੍ਰੋਟੈਕਸ਼ਨ ਸਿਸਟਮ ਤਕਨੀਕੀ ਵਿਗਿਆਨ ਵਿੱਚ ਤਰੱਕੀ ਹੋਣ ਨਾਲ ਹੁਣ ਇੱਕ ਸੁਰੱਖਿਆ ਗਾਰਡ ਲਈ ਸੰਭਵ ਹੈ ਕਿ ਉਹ ਆਪਣੀ ਡਿਊਟੀ ਤੇ ਖੜਾ ਰਹੇ ਪਰੰਤੂ ਸੈਂਸਰਾਂ ਕੈਮਰਿਆਂ ਤੇ ਹੋਰ ਯੰਤਰਾਂ ਦੀ ਵਰਤੋਂ ਕਰਕੇ ਸਾਰੇ ਇਲਾਕੇ ਤੇ ਨਜ਼ਰ ਵੀ ਰੱਖਦਾ ਹੈ ਭਾਵੇਂ ਇਹ ਕਾਰਵਾਈ ਵਿਸ਼ੇਸ਼ ਅਰਥਾਂ ਵਿੱਚ ਗਸ਼ਤ ਨਹੀਂ ਹੈ ਕਿਉਂਕਿ ਇਸ ਵਿੱਚ ਕੋਈ ਵੀ ਨਜਾਸਾਨੀ ਕਰਨ ਲਈ ਡਿਊਟੀ ਵਾਲੇ ਇਲਾਕੇ ਵਿੱਚ ਨਹੀਂ ਜਾਂਦਾ ਇਸ ਨੂੰ ਹੁਣ ਦੇਖਣਯੋਗ ਜਾਂ ਸਥਿਰ ਗਸ਼ਤ ਵੀ ਕਿਹਾ ਜਾਂਦਾ ਹੈ ਟੈਕਨੋਲੋਜੀ ਦੀ ਮਦਦ ਦੇ ਨਾਲ ਸੁਰੱਖਿਆ ਕਰਮਚਾਰੀ ਕੰਟਰੋਲ ਰੂਮ ਦੇ ਵਿੱਚ ਬੈਠ ਕੇ ਸੀਸੀਟੀਵੀ ਕੈਮਰੇ ਅਤੇ ਸੈਂਸਰਾਂ ਦੀ ਮਦਦ ਦੇ ਨਾਲ ਕਾਫੀ ਦੂਰ ਤੱਕ ਨਜ਼ਰਸਾਨੀ ਕਰਦਾ ਹੈ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲੈਂਦਾ ਹੈ ਅਤੇ ਇਸ ਵਿੱਚ ਬਹੁਤ ਹੀ ਘੱਟ ਸੁਰੱਖਿਆ ਅਧਿਕਾਰੀਆਂ ਦੀ ਲੋੜ ਪੈਂਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਨਿਗਰਾਨੀ ਬਾਰੇ। ਨਿਗਰਾਨੀ ਕੀ ਹੁੰਦੀ ਹੈ? ਨਿਗਰਾਨੀ ਕਿਸੇ ਚੀਜ਼ ਤੇ ਨਿਗਾਹ ਰੱਖਣੇ ਜਾਂ ਉਸ ਦੀ ਨਜ਼ਰਸਾਨੀ ਕਰਨੇ। निगरानी सुरक्षा ਦੇ ਉਦੇਸ਼ ਦੇ ਨਾਲ ਕੀਤੀ ਜਾਂਦੀ ਹੈ। ਕੁਝ ਸਮੇਂ ਤੱਕ ਕੀਤੀ ਗਈ ਗਤੀਵਿਧੀਆਂ ਦੀ ਜਾਂਚ ਪੜਤਾਲ ਹੈ। ਮਤਲਬ ਜਿਵੇਂ ਕੀ ਕੋਈ ਮਿਸਟਰ ਸੰਸਥਾ ਦੇ ਵਿੱਚ ਆਉਂਦਾ ਹੈ ਉਸ ਤੇ ਨਿਗਰਾਨੀ ਰੱਖਣਾ ਕਿ ਉਹ ਕਿਤੇ ਕਿਤੇ ਜਾਂਦਾ ਹੈ ਅਤੇ ਕੀ ਕੀ ਗਤੀਵਿਧੀਆਂ ਕਰਦਾ ਹੈ। ਇਸ ਦੇ ਨਾਲ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਤੇ ਸੁਰੱਖਿਆ ਨੂੰ ਮਜ਼ਬੂਤ ਵੀ ਕੀਤਾ ਜਾਂਦਾ ਹੈ। ਨਿਗਰਾਨੀ ਰੱਖਣ ਦਾ ਇਹ ਉਦੇਸ਼ ਹੁੰਦਾ ਹੈ ਕਿ ਇਹ ਗਲਤ ਕੰਮ ਕਰਨ ਤੋਂ ਸਾਵਧਾਨ ਕਰਦਾ ਹੈ ਜਿਵੇਂ ਕਿ ਕੋਈ ਸੁਰੱਖਿਆ ਕਰਮਚਾਰੀ ਨਜਰਸਾਨੀ ਕਰਦਾ ਹੈ ਇਹ ਨਜਰਸਾਨੀ ਕਿਸੇ ਵੀ ਦੁਰਘਟਨਾ ਨੂੰ ਹੋਣ ਤੋਂ ਪਹਿਲਾਂ ਹੀ ਰੋਕ ਸਕਦੀ ਹੈ ਤਫ਼ਤੀਸ਼ ਤੇ ਧਿਆਨ ਕੇਂਦ੍ਰਿਤ ਕਰਨਾ ਕਿਸੇ ਵੀ ਤਫ਼ਤੀਸ਼ ਕਰਨ ਦੌਰਾਨ ਨਿਗਰਾਨੀ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਅਗਰ ਆਪਾਂ ਕਿਸੇ ਵੀ ਤਫਤੀਸ਼ ਕਰਨ ਦੌਰਾਨ ਧਿਆਨ ਆਪਣਾ ਕੇਂਦਰਿਤ ਨਹੀਂ ਕਰਦੇ ਤਾਂ ਆਪਾਂ ਤਫਤੀਸ਼ ਸਹੀ ਤਰੀਕੇ ਨਾਲ ਕਰਨ ਵਿੱਚ ਅਸਫਲ ਹੋ ਜਾਂਦੇ ਹਾਂ ਵਿਸਤਾਰ ਸਹਿਤ ਸੂਚਨਾ ਪ੍ਰਾਪਤ ਕਰਨਾ ਨਿਗਰਾਨੀ ਦੀ ਮਦਦ ਨਾਲ ਆਪਾਂ ਕਿਸੇ ਵੀ ਸੂਚਨਾ ਨੂੰ ਵਿਸਾਰ ਸਹਿਤ ਪ੍ਰਾਪਤ ਕਰ ਸਕਦੇ ਹਾਂ ਜਿਵੇਂ ਕਿ ਕਿਸੇ ਵਿਅਕਤੀ ਨੇ ਦੁਰਘਟਨਾ ਨੂੰ ਅੰਜਾਮ ਦਿੱਤਾ ਤਾਂ ਆਪਾਂ ਉਸ ਵਿਅਕਤੀ ਤੇ ਨਜ਼ਰ ਰੱਖ ਕੇ ਸਾਰੀ ਹੀ ਸਥਿਤੀ ਦਾ ਜਾਜਾ ਲੈ ਸਕਦੇ ਹਾਂ ਅਤੇ ਉਸ ਤੋਂ ਬਹੁਤ ਸਾਰੀ ਸੂਚਨਾ ਪ੍ਰਾਪਤ ਕਰ ਸਕਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਨਿਗਰਾਨੀ ਦੀਆਂ ਕਿਸਮਾਂ ਬਾਰੇ ਨਿਗਰਾਨੀ ਕਰਨ ਦੇ ਵੱਖ-ਵੱਖ ਉਦੇਸ਼ ਹੁੰਦੇ ਹਨ ਅਤੇ ਇਹਨਾਂ ਉਦੇਸ਼ਾਂ ਦੇ ਨਾਲ-ਨਾਲ ਨਿਗਰਾਨੀ ਦੀਆਂ ਕਿਸਮਾਂ ਦਾ ਵੀ ਫਰਕ ਪੈ ਜਾਂਦਾ ਹੈ ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਰੀਰਿਕ ਨਿਗਰਾਨੀ ਬਾਰੇ ਇਸ ਵਿੱਚ ਇੱਕ ਸੁਰੱਖਿਆ ਕਰਮਚਾਰੀ ਖੜਾ ਹੋ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਂਦਾ ਹੈ ਅਤੇ ਨਿਗਰਾਨੀ ਕਰਦਾ ਹੈ ਇਸ ਨਿਗਰਾਨੀ ਦੌਰਾਨ ਸੁਰੱਖਿਆ ਕਰਮਚਾਰੀ ਕਿਤੇ ਵੀ ਖੜ ਕੇ ਨਿਗਰਾਨੀ ਕਰ ਸਕਦਾ ਹੈ ਜਾਂ ਹੋ ਛੱਤ ਤੇ ਚੜ ਕੇ ਨਿਗਰਾਨੀ ਕਰ ਸਕਦਾ ਹੈ ਜਾਂ ਹੋ ਖਿੜਕੀ ਵਿੱਚ ਖੜਾ ਕਰਕੇ ਨਿਗਰਾਨੀ ਕਰ ਸਕਦਾ ਹੈ ਜੇ ਉਹ ਚਾਹੇ ਤਾਂ ਉਹ ਗੇਟ ਵਿੱਚ ਖੜ ਕੇ ਵੀ ਨਿਗਰਾਨੀ ਕਰ ਸਕਦਾ ਹੈ ਜਿੱਤੇ ਉਸ ਨੂੰ ਸਥਿਤੀ ਦਾ ਸਹੀ ਐਂਗਲ ਮਿਲੇ ਤਾਂ ਉੱਤੇ ਉਹ ਖੜ ਕੇ ਨਿਗਰਾਨੀ ਕਰ ਸਕਦਾ ਹੈ ਇਸ ਨੂੰ ਆਪਾਂ ਸੈ ਨਿਗਰਾਨੀ ਵੀ ਕਹਿ ਸਕਦੇ ਹਾਂ ਸ਼ਰੀਰਿਕ ਨਿਗਰਾਨੀ ਅਤੇ ਸਤ੍ਰ ਨਿਗਰਾਨੀ ਦੋਨੋਂ ਰਲਮਾ ਮਰਮਾ ਰੂਪ ਹਨ ਸ਼ਰੀਰਿਕ ਨਿਗਰਾਨੀ ਦੇ ਕੁਝ ਨੁਕਸਾਨ ਵੀ ਹਨ ਇਸ ਨਾਲ ਆਪਾਂ ਨੂੰ ਬਹੁਤ ਹੀ ਘੱਟ ਜਗ੍ਹਾ ਦਾ ਜ਼ਾਇਦਾ ਲੈਣ ਦਾ ਮੌਕਾ ਮਿਲਦਾ ਹੈ ਅਤੇ ਕੁਝ ਏਰੀਆ ਆਪਣੇ ਤੋਂ ਨਹੀਂ ਕਵਰ ਹੁੰਦਾ ਅਤੇ ਆਪਾਂ ਕੁਝ ਚੀਜ਼ਾਂ ਤੋਂ ਵਾਂਝੇ ਵੀ ਰਹਿ ਜਾਂਦੇ ਹਾਂ ਹੁਣ ਅਗੇ ਆਪਾਂ ਗੱਲ ਕਰਦੇ ਹਾਂ ਗਤੀਸ਼ੀਲ ਨਿਗਰਾਨੀ ਇਸ ਨੂੰ ਆਪਾਂ ਮੋਬਾਈਲ ਸਰਵੇਲੈਂਸ ਵੀ ਕਹਿ ਦਿੰਦੇ ਹਾਂ ਇਸ ਵਿੱਚ ਇੱਕ ਸ਼ੱਕੀ ਵਿਅਕਤੀ ਤੇ ਹੀ ਨਿਗਰਾਨੀ ਰੱਖੀ ਜਾਂਦੀ ਹੈ ਉਸ ਤੋਂ ਬਚ ਕੇ ਉਸ ਦੀਆਂ ਸਾਰੀਆਂ ਕਿਰਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਅਤੇ ਮੌਕਾ ਦੇਖ ਕੇ ਟੀਮ ਦੇ ਨਾਲ ਉਸ ਨੂੰ ਪਕੜ ਲਿਆ ਜਾਂਦਾ ਹੈ ਇਹ ਨਿਗਰਾਨੀ ਕਿਸੇ ਵੀ ਤਰ੍ਹਾਂ ਹੋ ਸਕਦੀ ਹੈ ਚਾਹੇ ਇਹ ਪੈਦਲ ਹੋ ਸਕਦੀ ਹੈ ਚਾਹੇ ਇਹ ਕਾਰ ਪੈਟਰੋਲਿੰਗ ਦੀ ਮਦਦ ਦੇ ਨਾਲ ਵੀ ਕਰ ਸਕਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਦੇਖਣਯੋਗ ਜਾਂ ਦੇਖਣ ਵਾਲੀ ਵਿਜਲਾਈ ਨਿਗਰਾਨੀ ਇਹ ਨਿਗਰਾਨੀ ਟੈਕਨੋਲੋਜੀ ਦੀ ਮਦਦ ਦੇ ਨਾਲ ਵਿਜਨੀ ਨਾਲ ਚੱਲਣ ਵਾਲੇ ਉਪਕਰਣਾਂ ਦੀ ਮਦਦ ਦੇ ਨਾਲ ਕਰਦੇ ਹਾਂ ਜਿਵੇਂ ਕਿ ਸੀਸੀਟੀਵੀ ਕੈਮਰਾ ਸੈਂਸਰ ਜਾਂ ਕੁਝ ਹੋਰ ਇੱਕ ਇਲੈਕਟ੍ਰੋਨਿਕ ਉਪਕਰਣ ਜਿਨ੍ਹਾਂ ਦੀ ਮਦਦ ਦੇ ਨਾਲ ਆਪਾਂ ਨਜ਼ਰਸਾਨੀ ਕਰ ਸਕਦੇ ਹਾਂ ਇਹ ਇੱਕ ਸਿਰਗਸ਼ਤ ਵੀ ਹੁੰਦੀ ਹੈ ਜਿਸ ਦੀ ਮਦਦ ਦੇ ਨਾਲ ਆਪਾਂ ਦੂਰ ਦੂਰ ਤੱਕ ਨਿਗਰਾਨੀ ਰੱਖ ਸਕਦੇ ਹਾਂ ਇਸ ਦਾ ਸਾਰਾ ਕੰਟਰੋਲ ਇੱਕ ਕੰਟਰੋਲ ਰੂਮ ਦੇ ਵਿੱਚ ਹੁੰਦਾ ਹੈ ਜੋ ਵਕ-ਵਕ ਜਗ੍ਹਾ ਤੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਆਉਂਦੀਆਂ ਤਸਵੀਰਾਂ ਨੂੰ ਆਪਾਂ ਕੰਟਰੋਲ ਰੂਮ ਵਿੱਚ ਬੈਠ ਕੇ ਦੇਖ ਸਕਦੇ ਹਾਂ ਸੁਨੇ ਜਾਣ ਵਾਲੀ ਨਿਗਰਾਨੀ ਇਸ ਵਿੱਚ ਸੂਚਨਾ ਰਿਕਾਰਡ ਕਰਕੇ ਨਿਗਰਾਨੀ ਕੀਤੀ ਜਾ ਸਕਦੀ ਹੈ ਮੁੱਢਲੀ ਨਿਗਰਾਨੀ ਵੱਜੋਂ ਇਹ ਕੰਮ ਬਹੁਤ ਹੀ ਨਾਜ਼ੁਕ ਮਸਲਾ ਹੈ ਅਤੇ ਕਾਨੂੰਨ ਅਨੁਸਾਰ ਅਜਿਹਾ ਸਿਰਫ ਸਰਕਾਰੀ ਏਜੰਸੀਆਂ ਨੂੰ ਹੀ ਕਰਨ ਦੀ ਇਜਾਜ਼ਤ ਹੈ ਅਗਰ ਕੋਈ ਨਿੱਜੀ ਕੰਪਨੀ ਇਹ ਕੰਮ ਕਰਦੀ ਹੈ ਤਾਂ ਉਸਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਇਸ ਲਈ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਇਹ ਕਰਨ ਦਾ ਕੋਈ ਹੁਕਮ ਨਹੀਂ ਹੁੰਦਾ ਸੰਪਰਕ ਨਿਗਰਾਨੀ ਸੰਪਰਕ ਨਿਗਰਾਨੀ ਤਕਨੀਕਾਂ ਕੁਝ ਪ੍ਰਕਾਸ਼ ਦੇਣ ਵਾਲੀਆਂ ਪਦਾਰਥਾਂ ਦੀ ਸਮਰੱਥਾ ਤੇ ਆਧਾਰਿਤ ਹੈ ਜੋ ਵਿਅਕਤੀ ਦੇ ਕੱਪੜੇ ਹੱਥ ਜਾਂ ਨੋਟਾਂ ਤੇ ਆਉਣ ਤੇ ਇਕਦਮ ਪ੍ਰਭਾਵ ਪਾਉਂਦੀਆਂ ਹਨ ਇਹ ਚੀਜ਼ਾਂ ਲੋਕਾਂ ਨੂੰ ਅਤੇ ਰਿਸ਼ਵਤਖੋਰਾਂ ਨੂੰ ਫੜਨ ਦੇ ਲਈ ਬਹੁਤ ਕਾਰਗਰ ਸਿੱਧ ਹੁੰਦੀਆਂ ਹਨ ਜਿਵੇਂ ਕਿ ਬੇਈਮਾਨ ਕਰਮਚਾਰੀਆਂ ਦੇ ਹੋਣ ਕਰਕੇ ਤੇ ਪੈਸੇ ਦੇ ਲੈਣ ਦੇ ਦੇ ਮਾਮਲੇ ਵਿੱਚ ਹੈਰਾਫਰੀ ਹੋਣ ਤੇ ਇੱਕ ਆਮ ਜਿਹੀ ਗੱਲ ਹੈ ਅਜਿਹਿਆਂ ਲੱਭਣ ਯੋਗ ਗਤੀਵਿਧੀਆਂ ਆਮ ਤੌਰ ਤੇ ਅਲਟਰਾਵਾਈਲੈਂਟ ਵਿਕਰਣਾਂ ਦੇ ਘੇਰੇ ਵਿੱਚ ਆਉਂਦੀਆਂ ਹਨ ਅਤੇ ਇਹ ਸਿਰਫ ਅਲਟਰਾਵਾਈਲੈਂਟ ਪ੍ਰਕਾਸ਼ ਵਿੱਚ ਹੀ ਦਿਖਾਈ ਦਿੰਦੀਆਂ ਹਨ ਨਗਰਾਨੀ ਦੇ ਦੌਰਾਨ ਆਪਾਂ ਵਕਫ ਵਕ ਤਰ੍ਹਾਂ ਦੇ ਡਾਟਾ ਇਕੱਠੇ ਕਰ ਸਕਦੇ ਹਾਂ ਅਤੇ ਇਹਨਾਂ ਦੇ ਬਾਅਦ ਇਹਨਾਂ ਡਾਟਾ ਨੂੰ ਇਕੱਠੇ ਕਰਕੇ ਇਹਨਾਂ ਡਾਟੇ ਦੀ ਰਿਕਾਰਡ ਤਿਆਰ ਕਰਨਾ ਅਤੇ ਇਹਨਾਂ ਦੀ ਵਰਤੋਂ ਕਰਨੀ ਹੁਣ ਆਪਾਂ ਗੱਲ ਕਰਦੇ ਹਾਂ ਰਿਕਾਰਡ ਤਿਆਰ ਕਰਨਾ ਅਤੇ ਡਾਟੇ ਦੀ ਵਰਤੋਂ ਘਟਨਾਵਾਂ ਦੀ ਰਿਕਾਰਡਿੰਗ ਕਰਨੀ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਘਟਨਾਵਾਂ ਦੀ ਰਿਕਾਰਡਿੰਗ ਕਰਨੀ ਬਹੁਤ ਹੀ ਆਸਾਨ ਹੋ ਗਈ ਹੈ ਅਤੇ ਰਿਕਾਰਡ ਕਰਨੇ ਵੀ ਇਜ਼ੀ ਹੋ ਗਈ ਹੈ ਇਸ ਦੇ ਬਾਅਦ ਆਪਾਂ ਇਹ ਡਾਟੇ ਦੀ ਵਰਤੋਂ ਲੋੜ ਪੈਣ ਤੇ ਕਰ ਸਕਦੇ ਹਾਂ ਅਤੇ ਇਹਨਾਂ ਨੂੰ ਸਬੂਤ ਵਜੋਂ ਵੀ ਵਰਤ ਸਕਦੇ ਹਾਂ ਡਾਟੇ ਨੂੰ ਸੰਭਾਲ ਕੇ ਰੱਖਣਾ ਸੁਰੱਖਿਆ ਨੂੰ ਖਤਰਾ ਹੋ ਜਾਣ ਦੀ ਸੂਰਤ ਵਿੱਚ ਇਹ ਰਿਕਾਰਡਿੰਗ ਪ੍ਰਤਾਲ ਕਰਨ ਵਾਲੀ ਏਜੰਸੀ ਦੇ ਹੱਥ ਆ ਸਕਦੀ ਹੈ ਅਤੇ ਉਹ ਇਸ ਦੀ ਦਰਵਰਤੋ ਕਰ ਸਕਦੇ ਹਨ ਅਜਿਹੀਆਂ ਸਥਿਤੀਆਂ ਵਿੱਚ ਡਾਟੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਭਾਈ ਪਾਸਵਰਡ ਸੈਕੂਰਿਟੀ ਦੇ ਨਾਲ ਹੀ ਲੌਕ ਕਰਕੇ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਕਿਸੇ ਹੋਰ ਦੇ ਹੱਥ ਆਉਣ ਤੇ ਨਾ ਕੰਮ ਆ ਸਕੇ ਕਿਸੇ ਵੀ ਸੰਸਥਾ ਦੇ ਵਿੱਚ ਅਣਚਾਹੀ ਘਟਨਾਵਾਂ ਹੋਣਾ ਇੱਕ ਆਮ ਗੱਲ ਹੈ ਅਤੇ ਇਸ ਦੌਰਾਨ ਨਿਗਰਾਨੀ ਰੱਖਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਘਟਨਾਵਾਂ ਦਾ ਮੁੱਖ ਕਾਰਨ ਵੀ ਪਤਾ ਕਰਨਾ ਜ਼ਰੂਰੀ ਹੁੰਦਾ ਹੈ ਜੇਕਰ ਨਿਗਰਾਨੀ ਸਹੀ ਤਰੀਕੇ ਨਾਲ ਕੀਤੀ ਗਈ ਹੈ ਤਾਂ ਘਟਨਾ ਦਾ ਕਾਰਨ ਵੀ ਲਗਾਉਣਾ ਬਹੁਤ ਆਸਾਨ ਹੋ ਜਾਂਦਾ ਹੈ ਨਿਗਰਾਨੀ ਦੌਰਾਨ ਅਣਚਾਹੀ ਘਟਨਾਵਾਂ ਬਾਰੇ ਜਾਣ ਤੇ ਉਠਾਏ ਜਾਣ ਵਾਲੇ ਕਦਮ ਹੁਣ ਆਪਾਂ ਇਸ ਦੇ ਵਿੱਚ ਉਦੇਸ਼ ਜਾਣਦੇ ਹਾਂ ਸ਼ੱਕੀ ਸਥਾਨ ਜਾਂ ਹਰਕਤ ਨੂੰ ਧਿਆਨ ਨਾਲ ਦੇਖਣਾ ਅਤੇ ਪੂਰੀ ਪੜਤਾਲ ਕਰਨੀ ਉੱਥੇ ਤਾਇਨਾਤ ਸੁਰੱਖਿਆ ਕਰਮਚਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸ਼ੱਕੀ ਸਥਾਨ ਜਾਂ ਹਰਕਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਤੇ ਧਿਆਨ ਕੇਂਦ੍ਰਿਤ ਕਰੇ ਅਤੇ ਪੂਰੀ ਸੂਚਨਾ ਇਕੱਠੀ ਕਰੇ ਅਤੇ ਉਸ ਦੀ ਰਿਪੋਰਟ ਬਣਾਲੇ ਤਾਂ ਜੋ ਜਾਂਚ ਪੜਤਾਲ ਕਰਕੇ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਸਿਸਟਮ ਬੈਸਟ ਸਵੈਚਾਲਿਤ ਅਲਾਰਮ ਲਗਾਏ ਜਾ ਸਕਦੇ ਹਨ ਕਿਸੇ ਕਿਸੇ ਵੀ ਅਣਚਾਹੀ ਘਟਨਾਵਾਂ ਨੂੰ ਰੋਕਣ ਦੇ ਲਈ ਇੱਕ ਆਟੋਮੈਟਿਕ ਆਪਰੇਟਿੰਗ ਸੈਂਸਰ ਸਿਸਟਮ ਹੁੰਦੇ ਹਨ ਜਿਨ੍ਹਾਂ ਦੀ ਮਦਦ ਦੇ ਨਾਲ ਅਪਰਾਧੀਆਂ ਨੂੰ ਬਹੁਤ ਹੀ ਆਸਾਨੀ ਦੇ ਨਾਲ ਫੜਿਆ ਜਾ ਸਕਦਾ ਹੈ ਅਜਿਹੇ ਸਿਸਟਮ ਨੂੰ ਚਾਰ ਦਿਵਾਰੀ ਵਿੱਚ ਲਗਾਇਆ ਜਾ ਸਕਦਾ ਹੈ ਤਾਂ ਜੋ ਅਗਰ ਕੋਈ ਗੁਚਬੈਟੀਏ ਅੰਦਰ ਅਲੌਂਦ ਆਉਂਦਾ ਹੈ ਤਾਂ ਉਹ ਅਲਾਰਮ ਵਜਨ ਲੱਗ ਜਾਂਦਾ ਹੈ ਜਿਸ ਨਾਨ ਸੁਰੱਖਿਆ ਕਰਮਚਾਰੀ ਸੁਚੇਤ ਹੋ ਜਾਂਦਾ ਹੈ ਅਤੇ ਉਸ ਨੂੰ ਮੌਕੇ ਤੇ ਹੀ ਦਬੋਚ ਲੈਂਦਾ ਹੈ ਸੁਰੱਖਿਆ ਖਾਮੀਆਂ ਨੂੰ ਹੱਲ ਕਰਨਾ ਨਿਜੀ ਸੁਰੱਖਿਆ ਅਧਿਕਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗਸ਼ਤ ਦੌਰਾਨ ਸਾਰੇ ਸੁਰੱਖਿਆ ਉਪਕਰਣਾਂ ਦੀ ਚੈਕਿੰਗ ਕਰੇ ਅਤੇ ਜਿਸ ਉਪਕਰਣ ਦੇ ਵਿੱਚ ਜਿਸ ਉਪਕਰਣ ਵਿੱਚ ਕਮਜ਼ੋਰੀ ਲੱਗਦੀ ਹੈ ਜਾਂ ਖਰਾਬੀ ਲੱਗਦੀ ਹੈ ਉਸ ਨੂੰ ਉਸ ਨੂੰ ਤੁਰੰਤ ਠੀਕ ਕਰਵਾਵੇ ਤਾਂ ਜੋ ਅੱਗੇ ਚੱਲ ਕੇ ਉਹ ਉਪਕਰਣ ਦੁਰਘਟਨਾ ਸਮੇਂ ਮਦਦ ਕਰ ਸਕੇ ਧੰਨਵਾਦ